ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਸੰਤ ਬਲਵੀਰ ਸਿੰਘ ਸੀਚੇਵਾਲ ਕਿਸੇ ਜਾਣ ਪਹਿਚਾਣ ਦੇ ਜਿਹੜੇ ਮਹਤਾਜ ਨਹੀਂ ਹੈ, ਔਰ ਉਹਨਾਂ ਵੱਲੋਂ ਜੋ ਸੁਲਤਾਨਪੁਰ ਲੋਧੀ ਦੇ ਵਿੱਚ ਕਾਲੀ ਵੇਈਂ ਦੀ ਪਵਿੱਤਰ ਸੇਵਾ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਨਿਭਾਈ ਜਾ ਰਹੀ ਹੈ, ਔਰ ਕੱਲ੍ਹ ਉਸਦੀ 21ਵੀਂ ਵਰ੍ਹੇਗੰਢ ਮਨਾਈ ਗਈ। ਵਿਸ਼ੇਸ਼ ਇਹ ਰਿਹਾ ਕਿ ਉੱਥੇ ਉਹਨਾਂ ਨੇ ਪੰਜਾਬ ਦੇ ਡੂੰਘੇ ਹੋ ਰਹੇ ਪਾਣੀਆਂ ਨੂੰ ਬਚਾਉਣ ਦਾ ਜਿੱਥੇ ਅਹਿਦ ਲਿਆ, ਸੰਦੇਸ਼ ਦਿੱਤਾ, ਅਤੇ ਨਾਲ ਹੀ ਨਾਲ ਸਰਕਾਰ ਦੇ ਅੱਗੇ ਇਹ ਵੀ ਇੱਕ ਸੰਦੇਸ਼ ਦਿੱਤਾ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਵਾਰ ਸਾਫ਼ ਸੁਥਰਾ ਵਾਤਾਵਰਨ ਜਿਹੜਾ ਲੋਕਾਂ ਨੂੰ ਦੇਣਾ ਚਾਹੀਦਾ, ਅਤੇ ਲੋਕਾਂ ਦੀ ਵੀ ਮੰਗ ਜਿਹੜੀ ਹੈ ਸਰਕਾਰਾਂ ਦੇ ਕੋਲੋਂ ਸਾਫ਼ ਸੁਥਰੇ ਵਾਤਾਵਰਨ ਨੂੰ ਲੈ ਕੇ ਹੋਣੀ ਚਾਹੀਦੀ ਹੈ। ਔਰ ਇਸ ਸੰਬੰਧੀ ਸਾਰੀ ਰਿਪੋਰਟ ਪੰਜਾਬਨ ਟੀਵੀ ਦੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਕੈਮਰਾਮੈਨ ਵਿਨੋਦ ਦੇ ਨਾਲ। ਦੇਸ਼ ਦੇ ਪਲੀਤ ਹੋ ਚੁੱਕੇ ਦਰਿਆਵਾਂ ਲਈ ਰਾਹ ਦਸੇਰਾ ਬਣੀ ਬਾਬੇ ਨਾਨਕ ਦੀ ਚਰਨ ਛੋਹ ਪਵਿੱਤਰ ਵੇਈਂ ਦੀ ਕਾਰ ਸੇਵਾ ਦੀ 21ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਡੂੰਘੇ ਹੋ ਰਹੇ ਪਾਣੀਆਂ ਅਤੇ ਸੁੱਕ ਰਹੇ ਦਰਿਆਵਾਂ ਬਾਰੇ ਫਿਕਰਮੰਦੀ ਜ਼ਾਹਰ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਇੱਕ ਸੁਰ ਹੁੰਦਿਆਂ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਰਲ ਮਿਲ ਕੇ ਹੰਭਲਾ ਮਾਰਨ ਲਈ ਕਿਹਾ। ਉੱਥੇ ਹੀ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ 21 ਸਾਲਾਂ ਦੀ ਕਾਰ ਸੇਵਾ ਵਿੱਚ ਸੰਗਤਾਂ ਵੱਲੋਂ ਪਾਏ ਗਏ ਨਿਸ਼ਕਾਮ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਕਾਰ ਸੇਵਾ ਨੇ ਦੁਨੀਆ ਦੇ ਵਾਤਾਵਰਨ ਪ੍ਰੇਮੀਆਂ ਦਾ ਧਿਆਨ ਖਿੱਚਿਆ, ਪਰ ਦੁੱਖ ਦੀ ਗੱਲ ਇਹ ਹੈ ਕਿ 21 ਸਾਲ ਬੀਤ ਜਾਣ ਦੇ ਬਾਵਜੂਦ ਵੀ ਪਵਿੱਤਰ ਵੇਈਂ ਵਿੱਚ ਗੰਦੇ ਪਾਣੀ ਪੈਣੋਂ ਹਜੇ ਵੀ ਬੰਦ ਨਹੀਂ ਹੋਏ। ਔਰ ਉਹਨਾਂ ਨੇ ਕਿਸਾਨਾਂ ਨੂੰ ਪਾਣੀ ਬਚਾਉਣ ਲਈ ਸਬਸਿਡੀ ਦੇਣ ਦੀ ਜਿੱਥੇ ਅਪੀਲ ਕੀਤੀ, ਉੱਥੇ ਇਹ ਵੀ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਲੋਕ ਵਾਤਾਵਰਨ ਦਾ ਮੁੱਦਾ ਜ਼ਰੂਰ ਚੁੱਕਣ, ਲੋਕ ਉਸ ਨੂੰ ਵੋਟਾਂ ਪਾਉਣ ਜਿਹੜੇ ਸਾਡੇ ਬੱਚਿਆਂ ਲਈ ਸਾਫ਼ ਸੁਥਰੀ ਹਵਾ ਅਤੇ ਪੌਣ ਪਾਣੀ ਦੇਣਗੇ। ਕਰੋਨਾ ਦੀ ਦੂਜੀ ਲਹਿਰ ਦੌਰਾਨ ਲੋਕਾਂ ਨੂੰ ਬੜੇ ਮਹਿੰਗੇ ਭਾਅ ਦੇ ਆਕਸੀਜਨ ਸਿਲੰਡਰ ਖਰੀਦਣ ਲਈ ਮਜਬੂਰ ਹੋਣਾ ਪਿਆ, ਔਰ ਇਸ ਦਾ ਵੱਡਾ ਸਿਹਰਾ ਸਾਡੇ ਲੋਕਾਂ ਨੂੰ ਹੀ ਜਾਂਦਾ ਜਿਨ੍ਹਾਂ ਨੇ ਰੁੱਖ ਲਗਾਉਣ ਦੀ ਵਜ੍ਹਾ ਕੱਟਣ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ। ਇਸ ਮੌਕੇ ਖੇਤੀ ਮਾਮਲਿਆਂ ਦੇ ਵਿੱਚ ਕੌਮਾਂਤਰੀ ਪੱਧਰ ਦੀ ਮੁਹਾਰਤ ਰੱਖਣ ਵਾਲੇ ਦਵਿੰਦਰ ਸ਼ਰਮਾ ਵੀ ਖਾਸ ਤੌਰ 'ਤੇ ਮੌਜੂਦ ਰਹੇ, ਔਰ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਵੱਡਾ ਸੰਕਟ ਖੜ੍ਹਾ ਹੁੰਦਾ ਜਾ ਰਿਹਾ। 1 ਕਿਲੋ ਚੌਲ ਪੈਦਾ ਕਰਨ ਲਈ 5,000 ਲੀਟਰ ਪਾਣੀ ਦੀ ਖਪਤ ਹੁੰਦੀ ਹੈ, ਅਤੇ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣ ਦੇ ਲਈ ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨਾ ਪਏਗਾ। ਦੁਨੀਆ 'ਚ ਜਿਹੜਾ ਮੌਸਮ ਬਦਲ ਰਿਹਾ ਉਸ ਨਾਲ ਸਾਡਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ। ਗ੍ਰੀਨ ਹਾਊਸ ਗੈਸਾਂ ਵਧਣ ਨਾਲ ਸਭ ਤੋਂ ਮਾੜਾ ਅਸਰ ਪੈ ਰਿਹਾ, ਔਰ ਉਹਨਾਂ ਨੇ ਕਿਹਾ ਕਿ ਹਰੀ ਕ੍ਰਾਂਤੀ ਦੇ 50 ਸਾਲ ਭਾਵੇਂ ਦੇਸ਼ ਦਾ ਢਿੱਡ ਭਰ ਦੇਣਗੇ, ਪਰ ਇਸ ਨੇ ਕਿਸਾਨ ਨੂੰ ਇੱਕ ਵੱਡਾ ਨੁਕਸਾਨ ਪਹੁੰਚਾਇਆ, ਅਤੇ ਉਹਨਾਂ ਨੇ ਵਾਤਾਵਰਨ ਨੂੰ ਦੂਸ਼ਿਤ ਕਰਨ ਲਈ ਬੜੇ ਸੌਖੇ ਢੰਗ ਦੇ ਨਾਲ ਕਿਸਾਨਾਂ ਨੂੰ ਜ਼ਿੰਮੇਵਾਰ ਤਾਂ ਦੱਸ ਦਿੰਦੀਆਂ ਨੇ ਸਰਕਾਰਾਂ, ਪਰ ਮਾੜੀਆਂ ਨੀਤੀਆਂ ਬਾਰੇ ਸਰਕਾਰਾਂ ਦੀਆਂ ਕੋਈ ਵੀ ਜ਼ਿਕਰ ਨਹੀਂ ਕਰਦਾ। ਉਹਨਾਂ ਨੇ ਕਿਹਾ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਜ਼ਮੀਨ ਨਾਲ ਜੁੜੀ ਹੋਈ ਸ਼ਖਸੀਅਤ ਨੇ। ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ ਨੇ ਕਿਹਾ ਕਿ ਜਦੋਂ ਤੱਕ ਝੋਨਾ ਪੰਜਾਬ ਤੋਂ ਬਾਹਰ ਨਹੀਂ ਜਾਂਦਾ ਉਦੋਂ ਤੱਕ ਸੂਬੇ ਦਾ ਭਲਾ ਨਹੀਂ ਹੋ ਸਕਦਾ। ਬਿਜਲੀ ਪੈਦਾ ਕਰਨ ਲਈ ਦਰਿਆਵਾਂ ਨੂੰ ਬੰਨ੍ਹ ਕੇ ਕੁਦਰਤ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਾਰਾ ਕੁਝ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ ਹੀ ਮਸਲਾ ਹੈ। ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਖਾਸ ਤੌਰ 'ਤੇ ਇਸ ਮੌਕੇ ਹਾਜ਼ਰ ਸਨ, ਔਰ ਉਹਨਾਂ ਨੇ ਸੰਤ ਸੀਚੇਵਾਲ ਵੱਲੋਂ ਪਿਛਲੇ 20 ਸਾਲਾਂ ਤੋਂ ਕੀਤੀ ਜਾਂਦੀ ਅਣਥੱਕ ਘਾਲਣਾ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਅਤੇ ਲੋਕਾਂ ਨੂੰ ਪੂਰੇ ਦੇਸ਼ ਦੇ ਵਿੱਚ ਉਹਨਾਂ ਤੋਂ ਮਾਰਗਦਰਸ਼ਨ ਲੈਣ ਲਈ ਕਿਹਾ। ਉਹਨਾਂ ਕਿਹਾ ਕਿ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਪੈਦਾ ਹੋ ਰਹੀ ਜਾਗਰੂਕਤਾ ਦੀ ਮਿਸਾਲ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਆਪਣੇ ਆਪ ਦੇ ਵਿੱਚ ਇੱਕ ਅਨੋਖੀ ਉਦਾਹਰਣ ਹੈ। ਇਸ ਮੌਕੇ ਲੋਪੋ ਤੋਂ ਸੰਤ ਜਗਜੀਤ ਸਿੰਘ ਜੀ ਸਮਾਗਮ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਵੀ ਪੰਜਾਬ ਦੇ ਖੇਤਾਂ 'ਚ ਲੱਗੀਆਂ 15 ਲੱਖ ਮੋਟਰਾਂ ਅਤੇ 5-5 ਬੂਟੇ ਵੀ ਅਗਰ ਕਿਸਾਨ ਲਾਉਣ ਤਾਂ 75 ਲੱਖ ਦਰਖਤ ਪੰਜਾਬ ਦੀ ਧਰਤੀ ਨੂੰ ਹਰਿਆਲੀ ਦੇ ਨਾਲ ਭਰ ਸਕਦੇ ਨੇ। ਅਤੇ ਡਾਕਟਰ ਨਿਰਮਲ ਸਿੰਘ ਲਾਂਬੜਾ ਨੇ ਕਾਰ ਸੇਵਾ ਦੇ 21 ਸਾਲਾਂ ਅਤੇ ਪੰਜਾਬ ਦਾ ਮੂੰਹ ਮੱਥਾ ਹੋਰ ਸਵਾਰਨ ਦੀ ਗੱਲ ਕੀਤੀ, ਅਤੇ ਉਹਨਾਂ 21 ਸਾਲ ਪਹਿਲਾਂ ਕਿਹਾ ਕਿ ਜਦੋਂ 21 ਸਾਲ ਪਹਿਲਾਂ ਉਸ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਕਾਰ ਸੇਵਾ ਸ਼ੁਰੂ ਕੀਤੀ ਗਈ ਸੀ ਤਾਂ ਉਸ ਵੇਲੇ ਸਭ ਤੋਂ ਵੱਧ ਗੰਦਗੀ ਸੀ, ਪਰ ਇਹ ਬੀੜਾ ਚੁੱਕਿਆ ਸੰਤ ਬਲਵੀਰ ਸਿੰਘ ਸੀਚੇਵਾਲ ਉਹਨਾਂ ਦੀ ਟੀਮ ਨੇ ਅਤੇ ਇੱਥੋਂ ਦੇ ਲੋਕਾਂ ਨੇ। ਇਸ ਮੌਕੇ ਨਿਰਮਲਾ ਪੰਚਾਇਤੀ ਅਖਾੜਾ ਕਨਖਲ ਤੋਂ ਸ਼੍ਰੀ ਮਹੰਤ ਗਿਆਨੀ ਗਿਆਨ ਦੇਵ ਸਿੰਘ, ਬਿਧੀ ਚੰਦ ਸੰਪਰਦਾ ਦੇ ਮੁਖੀ ਸੰਤ ਅਵਤਾਰ ਸਿੰਘ ਸੁਰ ਸਿੰਘ ਵਾਲਾ, ਸ਼੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗੁਰਦੁਆਰਾ ਗੁਰਸਰ ਸੰਤ ਲੀਡਰ ਸਿੰਘ ਸੈਫਲਾਬਾਦ ਦੇ ਸੇਵਾਦਾਰ, ਸੰਤ ਗੁਰਮੇਜ ਸਿੰਘ ਸੈਦਰਾਣਾ ਸਾਹਿਬ, ਸੰਤ ਗੁਰਬਚਨ ਸਿੰਘ ਪੰਡਵਾਂ ਵਾਲੇ ਅਤੇ ਅਨੇਕਾਂ ਹੀ
मन्ने परमन्ने लोग उत्थे हाजिर रहे ते इस मौके संगतां नूं बूटियां दा प्रसाद वंडिया गया। निर्मल कुटिया दे हजूरी रागी जथे रागी तजिंदर सिंह सरपंच संत अवतार सिंह यादगारी ਅਤੇ ਇੱਥੋਂ ਦੇ ਵਿਦਿਆਰਥੀਆਂ ਨੇ ਰਸ ਭਿੰਨਾ ਕੀਰਤਨ ਕੀਤਾ। ਇਸ ਮੌਕੇ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਗੱਤਕਾ ਟੀਮ ਵੱਲੋਂ ਆਪਣੇ ਗੌਰ ਵੀ ਦਿਖਾਏ ਗਏ ਔਰ ਇਸ ਦੀ ਅਗਵਾਈ ਖਾਸ ਤੌਰ 'ਤੇ ਉੱਥੋਂ ਦੇ ਗੱਤਕਾ ਕੋਚ ਗੁਰਵਿੰਦਰ ਕੌਰ ਦੀ ਅਗਵਾਈ ਦੇ ਵਿੱਚ ਕੀਤੀ ਗਈ ਔਰ ਪੰਜਾਬ 1 ਟੀਵੀ ਸੰਤ ਬਲਵੀਰ ਸਿੰਘ ਸੀਚੇਵਾਲ ਉਹਨਾਂ ਦੀ ਟੀਮ ਵੱਲੋਂ ਅਤੇ ਉੱਥੋਂ ਦੇ ਵਾਸੀਆਂ ਵੱਲੋਂ ਜੋ ਪਵਿੱਤਰ ਵੀਂ ਦੀ ਇਹ ਕਾਰ ਸੇਵਾ ਨਿਸਵਾਰਥ ਹੋ ਕੇ ਨਿਲੰਮੇ ਸਾਲਾਂ ਤੋਂ ਕੀਤੀ ਜਾਂਦੀ ਹੈ ਉਹਦੇ ਅੱਗੇ ਸ਼ਰਧਾ ਦੇ ਨਾਲ ਆਪਣਾ ਸਿਰ ਝੁਕਾਉਂਦਾ ਅਤੇ ਬਹੁਤ ਬਹੁਤ ਵਧਾਈ ਉਹਨਾਂ ਨੂੰ ਇਹਨਾਂ ਦੀ 21ਵੀਂ ਵਰੇਗੰਢ ਦੇ ਉੱਤੇ ਦਿੰਦਾ ਹੈ। ਧੰਨਵਾਦ। ਅਜੇ ਪੰਜਾਬ 1 ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪਵਿੱਤਰ ਵੇਈਂ ਦੀ 21ਵੀਂ ਵਰੇਗੰਢ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਤੋਂ 21 ਸਾਲ ਪਹਿਲਾਂ ਬਾਬੇ ਨਾਨਕ ਦੀ ਪਵਿੱਤਰ ਵੇਈਂ ਜਿਹੜੀ ਇੱਕ ਡਸਟਬਿਨ ਬਣ ਚੁੱਕੀ ਸੀ ਉਸਨੂੰ ਸਫਾਈ ਦਾ ਕਾਰਜ ਆਰੰਭ ਹੋਇਆ ਅਤੇ ਇੱਕ ਬਹੁਤ ਵੱਡੀ ਚੇਤਨਾ ਅੱਜ ਕੱਲ੍ਹੇ ਪੰਜਾਬ ਹੀ ਨਹੀਂ ਦੇਸ਼ ਹੀ ਨਹੀਂ ਦੁਨੀਆਂ ਭਰ ਦੇ ਵਿੱਚ ਜੋ ਬਾਬੇ ਨਾਨਕ ਦਾ ਸੁਨੇਹਾ ਸਾਨੂੰ ਦਿੱਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਈ ਸੋ ਉਹਦਾ ਮੈਸੇਜ ਦੁਨੀਆਂ ਦੇ ਵਿੱਚ ਗਿਆ ਕਿ ਸਾਡੀ ਬਾਣੀ ਬਾਬੇ ਨਾਨਕ ਸਾਨੂੰ ਕੀ ਕਹਿ ਰਿਹਾ ਸੋ ਉਹਦੀ ਇੱਕ ਸ਼ੁਰੂਆਤ ਹੋਈ ਸ਼ੁਰੂਆਤ ਤੋਂ ਇਹੀ ਪਵਿੱਤਰ ਵੇਈਂ ਦੀ ਕਾਰ ਸੇਵਾ ਗੰਗਾ ਵਾਸਤੇ ਕਹਿੰਦੇ ਸਾਡੇ ਵਾਸਤੇ ਗੁਰੂ ਅਸਥਾਨ ਆ ਅਸੀਂ ਇੱਥੋਂ ਸੇਧ ਲੈ ਕੇ ਗੰਗਾ ਨੂੰ ਸਾਫ਼ ਕਰਾਂਗੇ ਨਰਮਦਾ ਨੂੰ ਸਾਫ਼ ਕਰਾਂਗੇ ਹੋਰ ਜਿਹੜੇ ਪਵਿੱਤਰ ਦਰਿਆ ਸਾਫ਼ ਹੋਣਗੇ ਨਦੀ ਦਰਿਆ ਹਰ ਕੋਈ ਸਾਫ਼ ਸੁਥਰਾ ਹੋਣਾ ਚਾਹੀਦਾ ਸਾਡਾ ਮੌਲਿਕ ਅਧਿਕਾਰ ਆ ਜਿਉਣ ਦਾ ਹੱਕ ਰਾਈਟ ਟੂ ਲਿਵ ਇਕੱਲਾ ਮਨੁੱਖ ਦਾ ਨਹੀਂ ਪਸ਼ੂ ਪੰਛੀਆਂ ਦਾ ਵੀ ਅਧਿਕਾਰ ਆ ਅਤੇ ਜਿਹਨੂੰ ਇਸ ਵੇਲੇ ਸੁਪਰੀਮ ਕੋਰਟ ਤੋਂ ਇਹਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਉਹ 1974 ਦਾ ਐਕਟ ਲਾਗੂ ਕਰਾਉਣ ਵਾਸਤੇ ਜਿਹੜਾ ਉਹ ਆਦੇਸ਼ ਦਿੱਤਾ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੁਣ ਜਿਹੜਾ ਹੈ ਉਹ 1974 ਦੇ ਐਕਟ ਨੂੰ ਹਰ ਪ੍ਰਸ਼ਾਸਨਿਕ ਹਰ ਅਧਿਕਾਰੀ ਕੌਣ ਕੌਣ ਇਹਦੇ ਵਿੱਚ ਸ਼ਾਮਿਲ ਆ ਉਹਨਾਂ ਨੂੰ 1977 ਦਾ ਐਕਟ ਪੜ੍ਹਾ ਰਿਹਾ ਸੋ ਇਹ ਇਕੱਲਾ ਸਰਕਾਰ ਪ੍ਰਸ਼ਾਸਨ ਨਹੀਂ ਸਾਨੂੰ ਵੀ ਸਾਰਿਆਂ ਨੂੰ ਇਹਦੇ ਵਿੱਚ ਹਿੱਸੇਦਾਰ ਬਣਨਾ ਚਾਹੀਦਾ ਜਿੱਦਾਂ ਪਵਿੱਤਰ ਵੇਈਂ ਸਾਫ਼ ਹੋਈ ਹੋਰ ਵੀ ਸਾਰੇ ਨਦੀਆਂ ਦਰਿਆ ਸਾਫ਼ ਸੁਥਰੇ ਹੋਣੇ ਚਾਹੀਦੇ ਆ ਤਾਂ ਹੀ ਜਿਹੜਾ ਹੈਗਾ ਸਾਡਾ ਵਾਤਾਵਰਨ ਸਾਫ਼ ਰਹੂਗਾ ਵਾਤਾਵਰਨ ਤੰਦਰੁਸਤ ਆ ਅਤੇ ਸਾਨੂੰ ਜਿਹੜੀ ਹੈਗੀ ਆ ਸਿਹਤ ਜਿਹੜੀ ਤੰਦਰੁਸਤ ਆ ਤਾਂ ਸਾਰੀਆਂ ਕਹਿੰਦੇ ਇੱਕ ਤੰਦਰੁਸਤੀ 100 ਨਿਆਮਤ ਅਤੇ ਜੇ ਬੰਦਾ ਬਿਮਾਰ ਹੀ ਹੈ ਤਾਂ ਨਿਆਮਤਾਂ ਵੀ ਕਿਸੇ ਕੰਮ ਨਹੀਂ ਬਾਬੇ ਨਾਨਕ ਦੇ ਬਚਨਾਂ 'ਤੇ ਚੱਲੀਏ ਸੰਵਿਧਾਨ ਨੇ ਸਾਨੂੰ ਵਰਜਿਆ ਵੀ ਕਿ ਵਾਤਾਵਰਨ ਖਰਾਬ ਨਹੀਂ ਕਰਨਾ ਅਤੇ ਵਿਗਿਆਨ ਵੀ ਕਹਿੰਦੀ ਹੈ ਭਾਈ ਜੀ ਇਹਨਾਂ ਵਿੱਚ ਗੰਦੇ ਪਾਣੀ ਪਾਓਗੇ ਕੂੜਾ ਸੁੱਟੋਗੇ ਜ਼ਹਿਰਾਂ ਪਾਓਗੇ ਖੇਤਾਂ 'ਚ ਪਾਓਗੇ ਛਿੜਕੋਗੇ ਅਤੇ ਉਹਦਾ ਫਲ ਵੀ ਤੁਹਾਨੂੰ ਭੁਗਤਣਾ ਪਊਗਾ ਆਓ ਬਾਬੇ ਨਾਨਕ ਦੀ ਜਿਹੜੀ ਖੇਤੀ ਹੈ ਕਰਤਾਰਪੁਰ ਦੇ ਵਿੱਚ ਜਿਹੜੀ ਖੇਤੀ ਕੀਤੀ ਹੈ ਕੁਦਰਤੀ ਖੇਤੀ ਕੀਤੀ ਹੈ ਜਿਹਦੀ ਅੱਜ ਦੁਨੀਆ ਭਰ ਦੇ ਵਿੱਚ ਲੋੜ ਆ ਅੱਜ ਅਸੀਂ ਬੇਨਤੀ ਕਰਾਂਗੇ ਸਾਰੇ ਕਿਸਾਨ ਵੀਰਾਂ ਨੂੰ ਕਿ ਅਸੀਂ ਕੁਆਂਟਿਟੀ ਪੈਦਾ ਕੀਤੀ ਆਓ ਅਸੀਂ ਕੁਆਲਿਟੀ ਪੈਦਾ ਕਰੀਏ ਅਤੇ ਪੰਜਾਬ ਦੀ ਧਰਤੀ ਸੋਨਾ ਉਗਲਦੀ ਹੈ ਅਤੇ ਅਸੀਂ ਗੁਰੂ ਨਾਨਕ ਦੇ ਰਾਹ 'ਤੇ ਚੱਲੀਏ ਅਤੇ ਦੁਨੀਆ ਭਰ ਦੇ ਵਿੱਚ ਦੱਸੀਏ ਕਿ ਸਾਡੇ ਹਵਾ ਪਾਣੀ ਸਾਫ਼ ਸੁਥਰਾ ਅਤੇ ਇਹ ਜਿਹੜੇ ਜੋ ਕੁਛ ਵੀ ਅਸੀਂ ਗਲਤੀਆਂ ਕੀਤੀਆਂ ਉਹਦਾ ਸੁਧਾਰ ਕਰੀਏ ਅਤੇ ਵਾਤਾਵਰਨ ਸਾਫ਼ ਸੁਥਰਾ ਕਰੀਏ ਉਹਦੀ ਅਸੀਂ 21ਵੇਂ ਵਰੇਗੰਢ ਮਨਾ ਰਹੇ ਹਾਂ ਜਿਹਦੇ ਵਿੱਚ ਬਹੁਤ ਸੰਤ ਮਹਾਂਪੁਰਸ਼ ਵਿਦਵਾਨ ਗੁਰੂ ਪਿਆਰੀਆਂ ਗੁਰਸੰਗਤਾਂ ਪਹੁੰਚੀਆਂ ਦੇਸ਼ ਵਿਦੇਸ਼ ਵਿੱਚ ਸਾਡੇ ਭੈਣਾਂ ਭਰਾ ਵੀ ਬੈਠੇ ਹੋਣਗੇ ਇਸ ਕਾਰਜ ਨੂੰ ਲਾਈਵ ਵੀ ਦੇਖਦੇ ਹੋਣਗੇ ਜਾਂ ਹੁਣ ਦੇਖ ਰਹੇ ਹਾਂ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਬਾਣੀ ਕਹਿੰਦੇ ਜਿੱਥੇ ਜਾਏ ਬਈਏ ਭਲਾ ਕਹੀਏ ਜਿੱਥੇ ਵੀ ਰਹਿ ਰਹੇ ਹਾਂ ਜਿੱਥੇ ਵੀ ਬਹਿ ਰਹੇ ਹਾਂ ਉੱਥੇ ਅਸੀਂ ਬੂਟੇ ਲਾਈਏ ਉੱਥੇ ਹਰਾ ਭਰਾ ਕਰੀਏ ਉੱਥੇ ਦੇ ਇਨਵਾਇਰਮੈਂਟ ਦਾ ਖਿਆਲ ਰੱਖੀਏ ਬਾਬੇ ਨਾਨਕ ਦੇ ਬਚਨ ਅਤੇ ਇਹਨਾਂ ਦੇ ਚੱਲ ਕੇ ਸਾਡਾ ਪੱਖ ਸੁਰੱਖਿਅਤ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੀ ਬੇਈ ਦੀ ਸਫਾਈ ਦੇ ਜਿਹੜੇ 21 ਸਾਲ ਹੋਏ ਹੈ ਮੈਨੂੰ ਲੱਗਦਾ ਕਿ ਸਾਰੇ ਸਮਾਜ ਨੂੰ ਇੱਕ ਚੀਜ਼ ਸਮਝਣ ਦੀ ਔਰ ਇੱਕ ਚੀਜ਼ ਇਸ ਹਿਸਟੋਰਿਕ ਓਕੇਜ਼ਨ 'ਤੇ ਇੱਕ ਮੌਕਾ ਮਿਲਿਆ ਹੈਗਾ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਦਾ ਇੱਕ ਬਹੁਤ ਧੰਨਵਾਦ ਕੀਤਾ ਜਾਏ ਕਿ ਜੋ ਇਹ ਕੰਮ ਕਰਕੇ ਇਹਨਾਂ ਨੇ ਸਮਾਜ ਨੂੰ ਇੱਕ ਦ੍ਰਿਸ਼ਟੀ ਦਿੱਤੀ ਹੈ ਇੱਕ ਦਿਖਾਇਆ ਹੈ ਅਵੇਅਰਨੈਸ ਕ੍ਰੀਏਟ ਕੀਤੀ ਹੈ ਕਿ ਕਿਸ ਤਰ੍ਹਾਂ ਪਰਿਆਵਰਣ ਨੂੰ ਬਚਾ ਕੇ ਕਿਸ ਤਰ੍ਹਾਂ ਪਾਣੀ ਨੂੰ ਬਚਾ ਕੇ ਅਸੀਂ ਆਪਣੀ ਵਿਕਾਸ ਦਾ ਰਸਤਾ ਜਿਹੜਾ ਹੈ ਇਖਤਿਆਰ ਕਰ ਸਕਦੇ ਹੈਗੇ ਹਾਂ ਔਰ ਇਹ ਕੋਈ ਛੋਟੀ ਅਚੀਵਮੈਂਟ ਨਹੀਂ ਹੈ ਮੇਰਾ ਮੰਨਣਾ ਹੈ ਕਿ ਜਿਹੜੇ ਦੁਨੀਆ ਦੇ ਸਕਸੈਸਫੁੱਲ ਮਾਡਲ ਹੈਗੇ ਹੈ ਜਿਨ੍ਹਾਂ 'ਚ ਇਨਵਾਇਰਮੈਂਟ ਦੀ ਪ੍ਰੋਟੈਕਸ਼ਨ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਵਿੱਚੋਂ ਬਹੁਤ ਇੰਪੋਰਟੈਂਟ ਮਾਡਲ ਸੰਤ ਸੀਚੇਵਾਲ ਜੀ ਨੇ ਲੇਆਊਟ ਕੀਤਾ ਹੈ ਔਰ ਇਹਦੀ ਜਿਹੜੀ ਪ੍ਰਸ਼ੰਸਾ ਹੈਗੀ ਆ ਉਹ ਕਰਨ ਦਾ ਤਾਂ ਓਬਜੈਕਟਿਵ ਨਹੀਂ ਹੈ ਲੇਕਿਨ ਜਿਹੜਾ ਇਹਦਾ ਮੈਸੇਜ ਸਟਰੋਂਗ ਮਿਲਦਾ ਹੈਗਾ ਉਹ
है कि जब तक इंसान ये नहीं समझेगा कि एनवायरमेंट इज़ लाइफ, तब तक जो असली डिवेलपमेंट का रस्ता हैगा वो उन्हों मिस करेगा या उन्हों नहीं अचीव कर पाएगा। सो एनवायरमेंट इज़ लाइफ आई थिंक इज़ ए वेरी स्ट्रोंग मैसेज जरा बाबा सिचेवाल ने दिता है, एंड आई थिंक दिस शुड बी पार्ट ऑफ द एजुकेशनल करिकुलम इन स्कूल्स एंड कॉलेजेस। आई थिंक दैट इज़ द मोस्ट इंपॉर्टेंट मैसेज फॉर द पॉलिटिशियन, फॉर द पोलिटिकल मास्टर्स, कि आने वाले दिनों में यह होना बहुत जरूरी है। For more updates, download Punjab 1TV app free on Roku, Tikri TV, Google Play Store, iOS. Like, follow and share our Facebook page. YouTube channel bhi subscribe kar sakde ho.